Films, a complete film production house. We promote your business on cinema screen, television, FM radio, newspaper and social media. We take your brand to your audience. Call HM Films 9881-91277. बन के साडा हर काम कराणगे ते असी यही कहने कि आने वाले एमसी साडे ही हां जी 25 साल हो गए इन्हां नूं भी ओ करदे एमसी पहले बने सी इन्हां दे घर वाले बने सी प्रधान तो हुण यार कि इन्हां नूं एमसी असी बनाना जी सपोर्ट करांगे और उन्होंने जितावांगे और अपने महल्ले का सुधार करांगे भाभी जी ये एम सी बनेंगे तो साडे सुधार करेंगे देखो असी तन मन धन नाल इन्हां दे नाल बहुत माण है कि साढ़े प्रवीण भाभी जी जिहड़े हैगे आ अज वो साढ़े नाल खड़े असीं उन्हां दी पूरी सपोर्ट करांगे पूरा जिन्ना यूथ आ उन्हां दे नाल हैगा आ ते उन्होंने बड़े टाइम तो समाज की सेवा करते आ तो इसी चीज़ नूं मुख रखते हुए आपां उन्हां दी सपोर्ट करनी तां जो जिहड़ी जिहड़ी चीज़ां पूरियां नहीं होईयां उन्हां नूं इह पूरा करन और पूरे दा पूरा यूथ पूरा महला पूरा इन्हां दे नाल हैगा आ ਜਾਣ
ਗਏ ਤਾਂ ਸਾਨੂੰ ਕੋਈ ਫਾਇਦਾ ਹੀ ਹੋਊਗਾ ਅੱਗੇ, ਇੱਦਾਂ ਦੀ ਗੱਲ ਨਹੀਂ ਹੈਗੀ। ਵਧੀਆ, ਬਹੁਤ ਵਧੀਆ, ਮਾਣ ਸਾਨੂੰ ਹੋਊਗਾ ਅਤੇ ਬਾਕੀ ਅਸੀਂ ਉਹਦੇ ਨਾਲ ਹਾਂ, ਹਮੇਸ਼ਾ ਹੀ ਨਾਲ ਆ, ਸਾਡੀ ਤੋਂ ਕੁੜੀ। ਵੋਟਾਂ ਅਕਾਲੀ ਦਲ ਦੇ ਨਾਲ ਜਿੱਤਣ ਹੋ, ਅਸੀਂ ਉਹਨਾਂ ਦੇ ਨਾਲ ਆ, ਵੱਧ ਤੋਂ ਵੱਧ ਅਕਾਲੀ ਦਲ ਸਰਕਾਰ ਦੇ ਨਾਲ ਆ। ਅਸੀਂ ਉਹਨਾਂ ਨੂੰ ਐਮ ਸੀ ਆਪਣਾ ਦੇਖਣਾ ਚਾਹੁੰਦੇ, ਸਾਡੇ ਸਮਾਜ ਵਾਲਮੀਕ ਸਮਾਜ ਦੀ ਸੇਵਾ ਕਰੋ। ਸਾਡੀ ਨੌਂ ਐਮ ਸੀ ਬਣੇ ਸਾਡੇ ਮਹੱਲੇ ਦੀ, ਵੱਧ ਤੋਂ ਵੱਧ ਇਹਨਾਂ ਨੂੰ ਵੋਟ ਪਾਓ। ਭਾਬੀ ਜੀ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ। ਜੋ ਵੀ ਨੌਜਵਾਨ ਸਭਾ, ਜੋ ਵੀ ਆ ਮਹੱਲੇ ਨਿਵਾਸੀ ਇਹਨਾਂ ਨਾਲ ਆ, ਅਤੇ ਇਹਨਾਂ ਦਾ ਪੂਰਾ ਜ਼ੋਰ ਨਾਲ ਸਾਥ ਦਿਓ। ਮੈਡਮ ਪਰਮੀਰ ਕੁਮਾਰੀ ਜੀ ਸਾਡੇ ਵਾਰਡ ਨੰਬਰ 46 ਤੋਂ ਅਨਾ ਸ਼੍ਰੀ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਹਨ। ਜਦੋਂ ਤੋਂ ਅਸੀਂ ਹੋਸ਼ ਸੰਭਾਲਿਆ ਹੈ, ਇਹ ਸਮਾਜ ਸੇਵਾ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ, ਹਰੇਕ ਦੇ ਸੇਵਾ ਕਰਦੇ ਹਨ, ਹਰੇਕ ਦੇ ਦੁੱਖ ਸੁੱਖ ਵਿੱਚ ਹਿੱਸਾ ਲੈਂਦੇ ਹਨ। ਅਤੇ ਮੈਂ ਸਾਰੇ ਮੁਹੱਲਾ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਇਹਨਾਂ ਨੂੰ ਵੱਧ ਤੋਂ ਵੱਧ ਵੋਟ ਪਾ ਕੇ ਜਿਤਾਇਆ ਜਾਵੇ, ਅਤੇ ਆਪਣੇ ਤਾਂ ਜੋ ਕਿ ਆਪਣੇ ਮੁਹੱਲੇ ਦਾ ਇਹ ਵਿਕਾਸ ਕਰ ਸਕਣ। ਪ੍ਰਵੀਨ ਕੁਮਾਰੀ ਮੇਰਾ ਨਾਮ, ਭਗਤ ਨਗਰ ਦੇ 46 ਨੰਬਰ ਵਾਰਡ 'ਚੋਂ ਸਾਨੂੰ ਮੌਕਾ ਮਿਲਿਆ ਵਾ ਇਲੈਕਸ਼ਨ ਲੜਨ ਲਈ। ਮੇਰੇ ਹਸਬੈਂਡ ਦਾ ਨਾਮ ਗੋਪਾਲ ਲਾਲ। ਮੈਂ ਗੋਪਾਲ ਲਾਲ ਪਾਲੋ, ਪ੍ਰਧਾਨ ਮੁਹੱਲਾ ਭਗਤ ਨਗਰ, ਤਕਰੀਬਨ 30-35 ਸਾਲ ਤੋਂ ਇਸ ਮੁਹੱਲੇ ਦੀ ਸੇਵਾ ਕੀਤੀ ਮੈਂ। ਸੇਵਾ ਦਾ ਮੈਂ ਸ਼ੁਰੂ ਤੋਂ ਮੈਨੂੰ ਸ਼ੌਂਕ ਸੀਗਾ ਲੋਕਾਂ ਦੀ ਸੇਵਾ ਕਰਨ ਦਾ। ਉਸ ਤੋਂ ਬਾਅਦ ਮੈਂ ਇਲੈਕਸ਼ਨ ਵੀ ਲੜਿਆ, ਇੱਕ ਇਲੈਕਸ਼ਨ ਲੜਨ ਤੋਂ ਬਾਅਦ ਫਿਰ ਮੈਂ ਅਕਾਲੀ ਦਲ ਜੁਆਇਨ ਕੀਤੀ। ਤਕਰੀਬਨ 25 ਕੁ ਸਾਲ ਤੋਂ ਹੋ ਗਏ ਆ ਅਕਾਲੀ ਦਲ ਜੁਆਇਨ ਕਰ ਕੀਤੀ ਨੂੰ। ਸਾਡੇ ਵਾਰਡ ਦੀਆਂ ਮੁੱਖ ਸਭਾਵਾਂ ਜਿੰਨਾ ਦੇ ਵੀ ਇੱਥੇ ਇਲੈਕਸ਼ਨ ਐਮ ਸੀ ਦੇ ਹੁੰਦੇ ਆਏ ਆ, ਕਿਸੇ ਵੀ ਐਮ ਸੀ ਨੇ ਕਿਸੇ ਵੀ ਕੋਈ ਆਪਣੇ ਢੰਗ ਨਾਲ ਹੀ ਕੰਮ ਕੀਤਾ, ਸਾਡੇ ਢੰਗ ਨਾਲ ਕੋਈ ਕੰਮ ਨਹੀਂ ਗਲੀਆਂ ਦਾ ਕਿਸੇ ਦਾ ਵੀ ਹੋਇਆ। ਗਲੀਆਂ ਵੀ ਟੁੱਟੀਆਂ ਹੋਈਆਂ, ਨਾਲੀਆਂ ਵੀ, ਸੀਵਰੇਜ ਵੀ ਬੰਦ, ਲਾਈਟਾਂ ਵੀ ਬੰਦ, ਤਕਰੀਬਨ ਕਹਿ ਕੇ ਕਮੇਟੀ 'ਚ ਇਹ ਅਸੀਂ ਤਾਂ ਅੱਕ ਗਏ ਹਾਂ, ਕੋਈ ਸਾਡੀ ਕੋਈ ਸਾਲ ਲੈਣ ਵਾਲਾ ਇੱਥੇ ਨਹੀਂ ਹੈਗਾ ਕੋਈ ਵੀ। ਪਹਿਲ ਦੇ ਆਧਾਰ 'ਤੇ ਅਸੀਂ ਆਪਣੇ ਮੁਹੱਲੇ ਦੀਆਂ ਨਾਲੀਆਂ, ਗਲੀਆਂ ਅਤੇ ਸੀਵਰੇਜ ਜਿਹੜਾ ਬੰਦ ਰਹਿੰਦਾ ਤਕਰੀਬਨ, ਉਹਨੂੰ ਸਹੀ ਢੰਗ ਨਾਲ ਉਹ ਕਰਾਈਏ, ਠੀਕ ਕਰਾਈਏ, ਅਤੇ ਲਾਈਟਾਂ ਜਿਹੜੀਆਂ ਉਹ ਕਰਾਈਏ। ਦੂਜੀ ਗੱਲ ਇਹ ਆ ਵੀ ਸਾਡੇ ਮੁਹੱਲੇ ਦੇ ਵਿੱਚ ਜਦੋਂ ਕਿਸੇ ਧੀ ਭੈਣ ਦੀ ਕੋਈ ਬਰਾਤ ਆਉਂਦੀ ਆ, ਉਹਦੇ ਬੈਠਣ ਨੂੰ ਜਾਂ ਕੋਈ ਰੋਟੀ ਪਾਣੀ ਖਾਣ ਦਾ ਕੋਈ ਅਰੇਂਜਮੈਂਟ ਨਹੀਂ ਹੋ। ਅਸੀਂ ਇਹ ਵੀ ਚਾਹੁੰਦੇ ਹਾਂ ਜੇ ਸਾਡੀ ਸਰਕਾਰ ਕਿਤੇ ਇਹ ਅਕਾਲੀ ਦਲ ਪਾਵਰ 'ਚ ਆ ਜਾਵੇ, ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਆਪਣਾ ਇਹ ਇੱਥੇ ਕਮਿਊਨਿਟੀ ਹਾਲ ਬਣਾ ਸਕੀਏ, ਅਤੇ ਜਿੱਥੇ ਸਾਡਾ ਮਾੜਾ ਮੋਟਾ ਬੈਠਣ ਨੂੰ ਬਰਾਤਾਂ ਨੂੰ ਜਗ੍ਹਾ ਬਣ ਸਕੇ, ਕਿਸੇ ਧੀ ਭੈਣ ਦੀ ਛਾਤੀ ਵਧੀਆ ਢੰਗ ਨਾਲ ਅਸੀਂ ਕਰ ਸਕੀਏ। ਸਾਡੇ ਵਾਰਡ ਦੇ ਵਿੱਚ ਮੌਜੂਦਾ ਸਰਕਾਰ ਜਿਹੜੀ ਕਾਂਗਰਸ ਰਹੀ ਆ 5 ਸਾਲ ਤੋਂ, ਉਹਨੇ ਕੋਈ ਵੀ ਸਾਡੀ ਵਾਰਡ ਦਾ ਸੁਧਾਰ ਨਹੀਂ ਕੀਤਾ, ਕੋਈ ਗਰਾਂਟ ਨਹੀਂ ਦਿੱਤੀ, ਕੋਈ
गलियां महल्लियां दा तां तुहानूं तकरीबन पहले ही कह चुके हैं। तो बच्चों का कोई वो स्कूल सकाल का कोई साधन नहीं बनाया, सेंटर नहीं खोलिया, ना कोई लेडीज़ कोई सेंटर खोले है जिथे कोई लेडीज़ जिहड़ियां घर बैठ के अपना काम कर सकन। तो ये सरकारां जिद्दां पहला साढ़े नाल कर दी तो वधीकी उदा ही अज भी वधीकी हो रही है। साढ़े लोग अज भी बच्चे पढ़े लिखे भी अवारे फिरते हैं तो उदा भी जोड़े नहीं पढ़े हुए वह भी वेले फिरते हैं। कोई रगजात नहीं, कोई किसी किस्म का कोई इन्ह का कोई ओ नहीं है। मैं और अपनी भैनों ये संदेश देना देना चाहती हाँ, जे मैनू जिता देन मेरे को कोई पावर होगी थोड़ा बहुत मैं किसी कह सकूँ भी इन्हों कोई सिलाई सेंटर वगैरह खोल दें कि जोड़ा लोगों के घर कम कर दियाँ ये अपना सिलाई का कम कर और अपने बच्चों पालन। साढ़े जोड़े नौजवान आ ये नशे तो दूर रहन, ये जिते असी इन्ना कुछ सरकार को बेनती करनी उत्थे इन्हों वास्ते भी कोई उपराला करिए। जिदा कोई तकरीबन जिम का समान हो गया, खेल क्रिकेट का समान हो गया, इन्हों किटा दित्तियां जान, ये वधिया ढंग नाल अपने खेल कूदन, अपनी सेहत का ध्यान रखन। जदों ये नौजवानों की सेहत का ध्यान अपनी दा रखूंगे ये अपने आप नूं भी सुरक्षा महसूस करूंगे, वो अपने देश ते अपने समाज की तरक्की विच हिस्सा पा सकन। बाहर दे लोगों ने यह संदेश है जी अपनी वोटां सही ढंग नाल सानूं पाउण ते असी अपनी जिहड़ी वार्ड आ 46 नंबर इहनूं साफ सुथरा ते वधिया बना सकी। जम फिल्म्स अ कंप्लीट फिल्म प्रोडक्शन हाउस, वी प्रमोट योर बिजनेस ऑन सिनेमा स्क्रीन, टेलीविजन, एफएम रेडियो, न्यूज़पेपर एंड सोशल मीडिया। We take your brand to your audience. Call HM Films 9881 91277.